بسم الله الرحمن الرحيم. بسم الله الرحمن الرحيم. السلام عليكم my YouTube family. ਉਮੀਦ ਕਰਦੀ ਹਾਂ ਤੁਸੀਂ ਠੀਕ ਹੋਵੋਗੇ. ਅਲਹਮਦੁਲਿਲਾ ਮੈਂ ਵੀ ਠੀਕ ਹਾਂ. ਅਤੇ ਅੱਜ ਦੀ ਰੈਸਪੀ ਮੈਂ ਤੁਹਾਨੂੰ ਵਿਖਾ ਰਹੀ ਹਾਂ, ਰੈਸਪੀ ਵੀ ਹੈ ਇਹ ਸਾਰੀਆਂ ਰੈਸਪੀਆਂ ਦੇ ਵਿੱਚ ਨਾ ਇਹਦਾ ਇਹ ਨਾ ਹੋਵੇ ਨਾ ਤਾਂ ਜਿਹੜੀ ਇਹ ਰੈਸਪੀ ਉਹ ਅਧੂਰੀ ਹੈ. ਇਹ ਨਮਕ ਅਸੀਂ ਇਸ ਤਰੀਕੇ ਨਾਲ ਬਾਜ਼ਾਰੋਂ ਲੈ ਆਉਂਦੀਆਂ, ਲਿਆ ਕੇ ਫਿਰ ਇਹਨੂੰ ਧੋਂਦੀਆਂ, ਧੋ ਕੇ ਸੁਕਾ ਕੇ ਖੁਸ਼ਕ ਕਰਕੇ ਫਿਰ ਇਸ ਤਰੀਕੇ ਦੇ ਰੋੜੇ ਹੁੰਦੇ ਨਮਕ. ਅਸੀਂ ਆਪਣਾ ਘਰ ਨਮਕ ਬਣਾ ਕੇ ਤਿਆਰ ਕਰਦੇ ਹਾਂ. ਅਤੇ ਮੈਂ ਕਿਹਾ ਵੀ ਆਪਣੇ ਵਿਵਰਾਂ ਨਾਲ ਸ਼ੇਅਰ ਕਰ ਲਵਾਂ, ਵਿਵਰਾਂ ਆਪਣਿਆਂ ਨੂੰ ਵਿਖਾ ਲਵਾਂ ਕਿ ਇਸ ਤਰੀਕੇ ਨਾਲ ਨਾ ਚੀਜ਼ਾਂ ਲਿਆ ਕੇ ਘਰ ਸਾਫ਼ ਸੁਥਰੀਆਂ ਬਣਾ ਕੇ ਇਹਨਾਂ 'ਤੇ ਖਾਧੀਆਂ ਕਰੋ. ਹੁਣ ਅਸੀਂ ਇਹ ਨਮਕ ਜਿਹੜਾ ਨਾ ਅਸੀਂ ਇਹਨੂੰ ਧੋ ਲਿਆ, ਧੁੱਪ 'ਤੇ ਸੁਕਾ ਕੇ ਖੁਸ਼ਕ ਕਰ ਲਿਆ, ਅਤੇ ਹੁਣ ਅਸੀਂ ਇਹ ਬਣਾਉਣਾ ਸ਼ੁਰੂ ਕਰਾਂਗੇ. ਅਤੇ ਅਸੀਂ ਬਣਾਉਂਦੇ ਜਾਵਾਂਗੇ, ਇਹਨੂੰ ਪਹਿਲੇ ਤੋੜਾਂਗੇ. ਇਹ ਬੜੇ ਮੋਟੇ ਮੋਟੇ ਰੋੜੇ ਹੁੰਦੇ ਨੇ. ਇਹ ਵੇਖੋ ਨਾ, ਜ਼ੂਮ ਕਰਕੇ ਤੁਹਾਨੂੰ ਵਿਖਾ ਰਹੀ ਹਾਂ. ਬੜਾ ਅੱਛਾ ਸਾਫ਼ ਸੁਥਰਾ ਜਿਹੜਾ ਨਮਕ ਹੈ ਨਾ ਉਹ ਮੈਂ ਲੈ ਕੇ ਆਈ ਹਾਂ. ਕਿ ਜਿਹੜਾ ਨਾ ਦੇਰ ਵਿੱਚ ਪੱਥਰ ਵਾਲਾ ਵੀ ਹੁੰਦਾ, ਪੱਥਰ ਵਾਲਾ ਨਹੀਂ ਲੈਣਾ ਚਾਹੀਦਾ. ਇਹ ਮੈਂ ਸਾਫ਼ ਸੁਥਰਾ ਖੁਦ ਵੇਖ ਕੇ ਨਮਕ ਲੈ ਕੇ ਆਈ ਹਾਂ. ਇਹਨੂੰ ਅਸੀਂ ਹੁਣ ਧੋ ਲਿਆ, ਧੋ ਕੇ ਸੁਕਾ ਕੇ ਖੁਸ਼ਕ ਕਰ ਲਿਆ. ਵੇਖ ਲਓ, ਤੁਹਾਨੂੰ ਬਿਲਕੁਲ ਜ਼ੂਮ ਕਰਕੇ ਮੈਂ ਵਿਖਾ ਰਹੀ ਹਾਂ. ਹੁਣ ਇਹ ਖੁਸ਼ਕ ਹੋ ਗਿਆ, ਤਾਂ ਹੁਣ ਅਸੀਂ ਇਹਨੂੰ ਨਾ ਤੋੜਨ ਲੱਗੇ ਹਾਂ. ਤੋੜ ਕੇ ਇਹਨੂੰ ਬਿਲਕੁਲ ਛੋਟਾ ਛੋਟਾ ਬਰੀਕ ਬਰੀਕ ਕਰਾਂਗੇ. ਅਤੇ ਫਿਰ ਇਸ ਨੂੰ ਬਾਅਦ ਵਿੱਚ ਜਿਹੜਾ ਨਾ ਅਸੀਂ ਚੱਕੀ ਜਿਹੜੀ ਹੈ ਨਾ ਹੱਥ ਦੀ ਪੱਥਰ ਦੀ ਚੱਕੀ ਉਸ ਦੇ ਉੱਤੇ ਪੀਸਣ. ਇਹ ਵੇਖੋ ਵੀ ਫਿਰ ਇਸ ਤਰੀਕੇ ਨਾਲ ਅਸੀਂ ਨਮਕ ਨੂੰ ਤੋੜਾਂਗੇ. ਆਵਾਜ਼ ਆ ਰਹੀ ਹੈ, ਆਵਾਜ਼ ਡਿਸਟਰਬ ਨਾ ਹੋਇਆ. ਇਹਨੂੰ ਤੋੜ ਕੇ ਇਹ ਵੇਖੋ ਇਸ ਤਰੀਕੇ ਨਾਲ ਅਸੀਂ ਤੋੜ ਕੇ ਅਤੇ ਇਸ ਨਮਕ ਨੂੰ ਪੀਸਾਂਗੇ. ਬੜੀ ਮਿਹਨਤ ਕਰਨੀ ਪੈਂਦੀ ਹੈ, ਮਿਹਨਤ ਕਰਕੇ ਨਾ ਤਾਂ ਫਿਰ ਹੀ ਇਹ ਬਣਦੀਆਂ ਚੀਜ਼ਾਂ. ਇਸ ਤਰੀਕੇ ਨਾਲ ਅਸੀਂ ਇਹਨੂੰ ਤੋੜ ਕੇ ਨਾ ਅਤੇ ਬਿਲਕੁਲ ਬਰੀਕ ਕਰ ਲੈਣਾ ਹੈ. ਬਰੀਕ ਇਹ ਜ਼ੂਮ ਕਰਕੇ ਵੇਖਣਾ, ਬਰੀਕ ਬਰੀਕ ਛੋਟੇ ਛੋਟੇ ਪੀਸ ਹੋ ਗਏ. ਇਹ ਛੋਟੇ ਛੋਟੇ ਪੀਸ ਹੋ ਗਏ. ਥੋੜੀਆਂ ਨਾਲ ਹੋ, ਡੰਡਿਆਂ ਨਾਲ ਹੋ, ਕਿਹੜੀ ਕਿਹੜੀ ਚੀਜ਼ ਨਾਲ ਅਸੀਂ ਇਹਨੂੰ ਨਾ ਨਮਕ ਨੂੰ ਤੋੜ ਰਹੇ ਹਾਂ. ਫਿਰ ਇਸ ਨੂੰ ਅਸੀਂ ਨਾ ਦੁਬਾਰਾ ਜਿੱਥੇ ਪੀਸਣਾ ਹੈ ਨਾ ਉਹ ਤੁਹਾਨੂੰ ਅਸੀਂ ਸਰਪ੍ਰਾਈਜ਼ ਦੇਵਾਂਗੇ ਵੀ ਨਮਕ ਅਸੀਂ ਕਿੱਥੇ ਪੀਂਦੇ ਹਾਂ, ਕਿਹੜੀ ਚੀਜ਼ ਹੈ ਜਿਹਦੇ ਵਿੱਚ ਨਮਕ ਅਸੀਂ ਬਰੀਕ ਬਿਲਕੁਲ ਖਾਣ ਦੇ ਇਸਤੇਮਾਲ ਦੇ ਮੁਤਾਬਿਕ ਅਸੀਂ ਕਰਦੇ ਹਾਂ, ਉਹ ਪੀਸ ਕੇ ਤੁਹਾਨੂੰ ਵੀ ਖਾਵਾਂਗੇ. ਇਹ ਵੇਖੋ ਇੱਕ ਵਾਰ ਮਾਸ਼ਾਅੱਲਾ ਨਮਕ ਪੀਸ ਕੇ ਸਾਡਾ ਨਾ ਦਰਦੜਾ ਦਰਦੜਾ ਸਾ ਕਰ ਲਿਆ ਹੈ. ਅਤੇ ਹੁਣ ਅਸੀਂ ਇਹਨੂੰ ਦੁਬਾਰਾ ਬਰੀਕ ਕਰਾਂਗੇ. ਦਰਦੜਾ ਦਰਦੜਾ ਹੋ ਗਿਆ ਹੈ ਅਤੇ ਇਸ ਤਰੀਕੇ ਨਾਲ ਨਾ ਅਸੀਂ ਇਹਨੂੰ ਪੀ ਲਿਆ. ਇਹ ਤਰੀਕਾ ਹੀ ਸਾਡੀਆਂ ਦਾਦੀਆਂ ਨਾਨੀਆਂ ਇਸਤੇਮਾਲ ਕਰਦੀਆਂ. ਇਹ ਵੇਖੋ ਅਸੀਂ ਤੁਹਾਨੂੰ ਨਾਲ ਜ਼ੂਮ ਕਰਕੇ ਵਿਖਾਵਾਂਗੇ, ਤੁਸੀਂ ਵੀ ਇਹ ਤਰੀਕਾ ਫਾਲੋ ਕਰੋ. ਅਸੀਂ ਬਰਤਨ ਵਿੱਚ ਪਾਉਣ ਲੱਗੇ ਹਾਂ.
ਇਹ ਮਾਸ਼ਾਅੱਲਾ 18-19 ਕਿਲੋ ਹੈ ਸਾਡਾ ਨਮਕ, ਅੱਧਾ ਮਾਣ ਹੈ। ਹੁਣ ਇਸ ਨੂੰ ਅਸੀਂ ਇਸਦੇ ਵਿੱਚ ਬਰਤਨ ਵਿੱਚ ਪਾ ਰਹੇ ਹਾਂ। ਇਹ ਵੇਖੋ ਵੀ ਗੱਲ, ਇਹ ਲੋਕ ਕਹਿੰਦੀ ਨਮਕ ਦੀ ਆ ਗਈ ਹੈ। ਇਸ ਤਰੀਕੇ ਨਾਲ ਅਸੀਂ ਇਹਨੂੰ ਬਣਾ ਲਿਆ ਅਤੇ ਹੁਣ ਅਸੀਂ ਇਹਨੂੰ ਪੀਸਾਂਗੇ, ਬਰੀਕ ਕਰਾਂਗੇ, ਜਿਹੜਾ ਬਿਲਕੁਲ ਫਾਈਨ ਪੇਸਟ ਤਰ੍ਹਾਂ ਬਣਦਾ ਹੈ ਨਾ, ਉਹ ਤੁਹਾਨੂੰ ਵਿਖਾਵਾਂਗੇ ਕਿ ਜ਼ਿਆਦਾ ਸਾਰਾ ਹੈ ਸਾਡਾ। ਛੋਟੇ ਬਰਤਨ 'ਚ ਵੀ ਅਸੀਂ ਪਾਇਆ, ਛੋਟੀ ਕਨਾਲੀ ਸਾਣਾ ਕਮੇਟੀ ਦੀ ਪਲੇਟ ਇਹਨੂੰ ਆਖਦੇ ਹਾਂ, ਅਤੇ ਵੱਡਾ ਸਟੀਲ ਦੀ ਤਗਾਰੀ ਇਹਦੇ ਵਿੱਚ ਅਸੀਂ ਪਾ ਲਿਆ ਅਤੇ ਹੁਣ ਅਸੀਂ ਇਹਨੂੰ ਪੀਸਾਂਗੇ। ਐਂ ਵੇਖ ਲਓ ਵੀ ਵਾਰ, ਮਾਸ਼ਾਅੱਲਾ ਇਹ ਸਾਡੇ ਗਾਉਂ ਵਿੱਚ ਪੱਥਰ ਦੀ ਚੱਕੀ ਹੈ, ਜਿਹਦੇ ਵਿੱਚ ਨਾ ਪਹਿਲੇ ਦਾਦੀਆਂ ਨਾਨੀਆਂ ਸਾਡੀਆਂ ਆਟੇ ਵਗੈਰਾ ਵੀ ਪੀ ਲੈਂਦੀਆਂ ਹਨ, ਨਮਕ ਵਗੈਰਾ ਦਾਲਾਂ ਦੂਲਾਂ ਸਾਰਾ ਕੁਛ ਪੀਸਦੀਆਂ ਹਨ, ਅਤੇ ਇਹ ਬੜੀ ਮੁਸ਼ਕਿਲ ਚਲਾਉਣੀ ਪੈਂਦੀ ਹੈ। ਅਤੇ ਇਹ ਮਾਸ਼ਾਅੱਲਾ ਇਹ ਵੇਖੋ, ਇਹ ਸਾਡਾ ਨਮਕ ਹੈ ਜਿਹੜਾ ਅਸੀਂ ਦਰਦਰਾ ਦਰਦਰਾ ਕਰ ਲਿਆ, ਕੁੱਟ ਲਿਆ, ਅਤੇ ਹੁਣ ਅਸੀਂ ਇਸ ਚੱਕੀ 'ਤੇ ਇਹਨੂੰ ਪੀਵੇਣ ਲੱਗੇ ਹਾਂ, ਪੀਸਣ ਲੱਗੇ ਹਾਂ। ਅਤੇ ਅਸੀਂ ਆਖਿਆ ਕਿ ਆਪਣੇ ਵਿਵਰਾਂ ਨਾਲ ਇਹ ਸਾਰੀ ਵੀਡੀਓ ਸ਼ੇਅਰ ਕਰੀਏ, ਕਿ ਸਾਰਾ ਤਰੀਕਾ ਜਿਹੜਾ ਸਾਡਾ ਗਾਉਣ ਦਾ ਹੈ ਨਾ, ਅਸੀਂ ਆਪਣਾ ਆਪਣੇ ਵਿਵਰਾਂ ਨਾਲ ਸ਼ੇਅਰ ਕਰੀਏ ਅਤੇ ਵਿਖਾਵੀਏ। ਵੇਖ ਲਓ ਇਤਨੀ ਮਿਹਨਤ ਨਾਲ ਅਸੀਂ ਜਿਹੜਾ ਨਾ ਨਮਕ ਦੀ ਤਿਆਰੀ ਕਰ ਰਹੇ ਹਾਂ, ਜਿਹੜੀ ਖਾਣ ਵਾਲੀ ਚੀਜ਼ ਹੁੰਦੀ ਹੁੰਦੀ ਮਿਹਨਤ ਬੜੀ ਕਰਨੀ ਪੈਂਦੀ ਹੈ। ਅਤੇ ਅਸੀਂ ਨਮਕ ਦੀ ਤਿਆਰੀ ਕਰ ਰਹੇ ਹਾਂ ਅਤੇ ਹੁਣ ਅਸੀਂ ਇਹਨੂੰ ਪੀਸਾਂਗੇ ਅਤੇ ਤੁਸੀਂ ਵੇਖਦੇ ਜਾ ਰਹੇ ਹਾਂ। ਇਹ ਵੇਖੋ ਮਾਸ਼ਾਅੱਲਾ ਵੀ ਵਾਰ, ਇਸ ਤਰੀਕੇ ਨਾਲ ਇਹਦੇ ਵਿੱਚ ਨਮਕ ਪਾਉਣਾ ਅਤੇ ਇਸ ਤਰੀਕੇ ਨਾਲ ਇਹਨੂੰ ਚਲਾ ਕੇ ਨਾ ਇਹਦਾ ਨਮਕ ਪੀਸਣਾ। ਆਵਾਜ਼ ਵੀ ਤੁਹਾਨੂੰ ਆ ਰਹੀ ਹੋਣੀ ਹੈ। ਨਾਲ ਨਾਲ ਹੀ ਅਸੀਂ ਥੋੜ੍ਹਾ ਥੋੜ੍ਹਾ ਪਾ ਰਹੇ ਹਾਂ ਨਮਕ। ਇਹ ਵੇਖ ਲਓ ਮਾਸ਼ਾਅੱਲਾ ਕਿਤਨਾ ਫਾਈਨ ਬਣ ਰਿਹਾ, ਐਂ ਪੀਸ ਕੇ ਨਿਕਲ ਰਿਹਾ ਇਸ ਤਰੀਕੇ ਨਾਲ। ਹੁਣ ਅਸੀਂ ਇਹ ਦੂਸਰਾ ਪੀ ਕੇ ਅਤੇ ਫਿਰ ਤੁਹਾਨੂੰ ਵਿਖਾਉਂਦੇ ਹਾਂ। ਅਸੀਂ ਤੁਹਾਨੂੰ ਥੋੜ੍ਹਾ ਜਿਹਾ ਤਰੀਕੇਕਾਰ ਆਪਣੀਆਂ ਦਾਦੀਆਂ ਨਾਨੀਆਂ ਦਾ ਵਿਖਾ ਲਿਆ, ਅਤੇ ਸਾਡੀਆਂ ਦਾਦੀਆਂ ਨਾਨੀਆਂ ਵੱਡੀਆਂ ਇਸ ਤਰੀਕੇ ਨਾਲ ਜਗ੍ਹਾ ਬਣੀ ਹੋਈ ਜਿੱਥੇ ਨਮਕ ਪਾਉਣਾ ਪੈਂਦਾ। ਅਤੇ ਨਾਲ ਹੀ ਕੰਮ ਕਰਦੇ ਰਹੋ, ਮੋਰਾ ਮੋਲਾ ਆਰਾਮ ਦੇ ਦਿਨ ਚੱਲ ਰਹੇ ਨੂੰ, ਅਤੇ ਨਾਲ ਨਾਲ ਕੰਮ ਵੀ ਕਰਦੇ ਰਹੋ ਅਤੇ ਨਾਲ ਨਾਲ ਦਰੂ ਦੇ ਪਾਕ ਵੀ ਪੜ੍ਹਦੇ ਰਹੋ। ਅੱਲਾਹ ਸੱਲੀ ਅਲਾ ਇਹ ਵੇਖੋ ਵੀ ਵਾਰ, ਮਾਸ਼ਾਅੱਲਾ ਅਸੀਂ ਬਰਤਨ ਲੈ ਲਿਆ ਮਿੱਟੀ ਦਾ, ਇਹ ਮਿੱਟੀ ਦਾ ਡੋਲਾ ਹੈ, ਇਹਦੇ ਵਿੱਚ ਅਸੀਂ ਨਵਾਂ ਸੋਨਾ ਪੈਕ ਕਰਕੇ, ਅਤੇ ਇਹ ਕੰਟੇਨਰ ਹੈ ਸਾਡਾ ਸਮਝੋ, ਇਹ ਕੰਟੇਨਰ ਦੇ ਵਿੱਚ ਅਸੀਂ ਮਿੱਟੀ ਦੇ ਡੋਲੇ ਦੇ ਵਿੱਚ ਅਸੀਂ ਇਹਨੂੰ ਪੈਕ ਕਰਕੇ ਰੱਖਣਾ, ਅਤੇ ਭਾਵੇਂ ਜਿਤਨਾ ਸਾਲ ਵੀ ਚਲਾ ਲਓ ਨਮਕ, ਤਾਂ ਫਿਰ ਤੁਹਾਨੂੰ ਪਤਾ ਨਹੀਂ ਖਰਾਬ ਹੁੰਦਾ। ਇਸ ਤਰ੍ਹਾਂ ਇਹ ਸਾਡੀਆਂ ਅਗਲੀਆਂ ਵੱਡੀਆਂ ਜਿਹੜੀਆਂ ਮਾਈਆਂ ਹਨ, ਅਤੇ ਉਹ ਇਸ ਤਰ੍ਹਾਂ ਪੈਕ ਕਰਕੇ ਨਮਕ ਮਿੱਟੀ ਦੇ ਬਰਤਨਾਂ ਵਿੱਚ ਰੱਖ ਦਿੰਦੀਆਂ ਹਨ, ਅਤੇ ਮੁੜ ਸਾਲੋ ਸਾਲ ਚਲਾਉਂਦੀਆਂ। ਗਾਉਣ ਦਾ ਤਰੀਕਾ ਇਸ ਤਰੀਕੇ ਨਾਲ ਆਉਂਦਾ ਹੀ ਨਹੀਂ, ਇਹ ਗਾਉਂ ਵਿਲੇਜ ਦਾ ਤਰੀਕਾ। ਅਤੇ ਅਸੀਂ ਹੁਣ ਇਹ ਪੂਰਾ ਡੋਲਾ ਜਿਹੜਾ ਮਿੱਟੀ ਦਾ ਇਹਨੂੰ ਭਰ ਲਵਾਂਗੇ, ਇਹਨੂੰ ਮਾਸ਼ਾਅੱਲਾ ਅਸੀਂ ਦੋ ਕੁੱਚ ਕੇ ਉੱਥੋਂ ਰੰਗ ਰੁੰਗ ਮਾਰ ਲਿਆ, ਇਹਨੂੰ ਰੰਗ ਮਾਰ ਕੇ
ਫਿਰ ਅਸੀਂ ਹੁਣ ਇਹਦੇ ਵਿੱਚ ਨਮਕ ਜਿਹੜਾ ਨਾ ਉਹ ਪੈਕ ਕਰ ਰਹੇ ਹਾਂ। ਇਹ ਵੇਖੋ ਮਾਸ਼ਾਅੱਲਾ ਨਮਕ ਹੁਣ ਸਾਡਾ ਪੈਕ ਹੋ ਗਿਆ, ਹੁਣ ਪੈਕਿੰਗ ਕਰਕੇ ਤਾਂ ਅਸੀਂ ਇਹਨੂੰ ਰੱਖਣ ਲੱਗੇ ਹਾਂ।